ਟਾਰਗੇਟ ਤੇ ਧੋਡੀ ਪਾਰਟੀ ਦੇ ਬੰਦੇ ਜ਼ਿਆਦਾ ਕਿਉਂ ਨੇ ਫਿਰ ਪਿਛਲੇ ਸਮੇਂ ਦੇ ਵਿੱਚ ਮੈਂ ਵੀ ਕਿਹਾ ਕਿ ਜੇ ਕਰਪਸ਼ਨ ਕੀਤੀ ਆ ਜ਼ਰੂਰ ਅੰਦਰ ਦੋ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਰਪਟ ਬੰਦਿਆਂ ਦੇ ਨਾਮ ਔਰ ਉਹਨਾਂ ਦੇ ਚਲਾਨ ਇਮੀਡੀਏਟਲੀ ਵੇਸ਼ ਹੋਣੇ ਚਾਹੀਦੇ ਨੇ ਮੈਂ ਇਥੋਂ ਵੀ ਅੱਗੇ ਕਹਿਣਾ ਕਿ ਇਹ ਇੱਕ ਇਹਨਾਂ ਨੂੰ ਜਿਹੜੀਆਂ ਫਾਸਟ ਟਰੈਕ ਕੋਰਟਸ ਬਣਾਉਣੀਆਂ ਚਾਹੀਦੀਆਂ ਚੀਫ ਮਿਨਿਸਟਰ ਨੂੰ ਕਿ ਜੇ ਇਦਾਂ ਹੀ ਔਨੈਸਟੀ ਦੇ ਗੱਲ ਕਰਦਾ ਤੱਕ ਉਹ ਉਹ ਤਾਂ ਫਾਸਟ ਟਰੈਕ ਕੋਰਟ ਕਿਉਂ ਨਹੀਂ ਬਣਦੀ ਨਹੀਂ ਤੁਸੀਂ ਕਹਿ ਰਹੇ ਹੋ ਸਹੀ ਕਾਰਵਾਈ ਹੋਈ ਹੈ ਵਿਜੀਲੈਂਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਬਕਾ ਮੰਤਰੀਆਂ ਤੇ ਕਾਂਗਰਸ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਤੇ ਉਹ ਸਹੀ ਹੈ ਮੇਰੀ ਗੱਲ ਸੁਣੋ ਸਹੀ ਫਿਰ ਕੋਰਟ ਚ ਲੈ ਕੇ ਜਾਣ ਕਿਉਂ ਨਹੀਂ ਦੋ ਦੋ ਸਾਲ ਹੋ ਗਏ ਨੇ ਬੜੀ ਇਹਦੀ ਆਸ਼ੂਦੀ ਕਿੰਨੇ 100 ਕਰੋੜ ਦੀ ਕੇਜਨ ਨੇ 100 ਕਰੋੜ ਤੇ ਛਲਾਨ ਦੇ ਵਿੱਚ 1.5 ਲੱਖ ਪਾਇਆ ਗਿਲਜੀਆਨ ਸਾਹਿਬ ਦਾ ਕੀ ਪਾਇਆ ਯਾਰ ਜੁਮਲੇ ਬਾਜੀ ਕਰਨੀ ਫਿਰ ਜਾ ਕੇ ਉਹ ਕਰਦਾ ਕਿ ਖੜੇ ਹੋ ਕੇ ਦਸ ਮੈਂ ਮੈਂ ਬਰਾੜ ਸਾਹਿਬ ਜੀ ਮੈਂ ਇਹ ਕਹਿੰਨਾ ਫਿਰ ਫਾਸਟ ਟਰੈਕ ਕੋਡ ਬਣਨੀ ਚਾਹੀਏ ਕਿ ਨਹੀਂ ਬਣਨੀ ਚਾਹੀਦੀ ਕਿਉਂ 10 ਸਾਲ ਕੇ ਤੁਰਿਆ ਰਹੇ ਨਹੀਂ ਫਿਰ ਇਹਨਾਂ ਗ੍ਰਿਫਤਾਰੀਆਂ ਦਾ ਮਤਲਬ ਕੀ ਹੈ ਉਹ ਇਹ ਤੇ ਗ੍ਰਿਫਤਾਰੀਆਂ ਦਾ ਦੱਸਾਂਗੇ ਕੀ ਮਤਲਬ ਆਏ ਟਾਰਗੇਟ ਤੇ ਧੋਡੀ ਪਾਰਟੀ ਦੇ ਬੰਦੇ ਜ਼ਿਆਦਾ ਕਿਉਂ ਨੇ ਫਿਰ ਪਿਛਲੇ ਸਮੇਂ ਦੇ ਵਿੱਚ ਵਿਜੀਲੈਂਸ ਮੈਂ ਪਹਿਲਾਂ ਵੀ ਕਿਹਾ ਕਿ ਜੇ ਕਰਪਸ਼ਨ ਕੀਤੀ ਆ ਜ਼ਰੂਰ ਅੰਦਰ ਦੋ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਰਾਪਟ ਬੰਦਿਆਂ ਦੇ ਨਾਂ ਔਰ ਉਹਨਾਂ ਦੇ ਚਲਾਨ ਇਮੀਡੀਏਟਲੀ ਪੇਸ਼ ਹੋਣੇ ਚਾਹੀਦੇ ਨੇ ਮੈਂ ਇੱਥੋਂ ਵੀ ਅੱਗੇ ਕਹਿਣਾ ਕਿ ਇਹ ਇੱਕ ਇਹਨਾਂ ਨੂੰ ਜਿਹੜੀਆਂ ਫਾਸਟ ਟਰੈਕ ਕੋਰਟਸ ਬਣਾਉਣੀਆਂ ਚਾਹੀਦੀਆਂ ਚੀਫ ਮਿਨਿਸਟਰ ਨੂੰ ਕਿ ਜੇ ਇਦਾਂ ਹੀ ਔਨੈਸਟੀ ਦੇ ਗੱਲ ਕਰਦਾ ਤੇ ਉਹਦੇ ਤਾਂ ਫਾਸਟ ਟਰੈਕ ਕੋਰਟ ਕਿਉਂ ਨਹੀਂ ਬਣਦੀ ਨਹੀਂ ਤੁਸੀਂ ਕਹਿੰਦੇ ਸਹੀ ਕਾਰਵਾਈ ਹੋਈ ਹੈ ਵਿਜੀਲੈਂਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਬਕਾ ਮੰਤਰੀਆਂ ਤੇ ਕਾਂਗਰਸ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਤੇ ਉਹ ਸਹੀ ਹੈ ਮੇਰੀ ਗੱਲ ਸੁਣੋ ਸਹੀ ਫਿਰ ਕੋਰਟ ਚ ਲਾ ਕੇ ਜਾਣ ਕਿਉਂ ਨਹੀਂ ਦੋ ਦੋ ਸਾਲ ਹੋ ਗਏ ਨੇ ਬੜੀ ਆਸ਼ੂਦੀ ਕਿੰਨੇ 100 ਕਰੋੜ ਦੀ ਕੇਜ ਰਹੀ ਨੇ 100 ਤੇ ਛਲਾਨ ਦੇ ਵਿੱਚ 1.5 ਲੱਖ ਪਾਇਆ ਗਿਲਜੀਆ ਸਾਹਿਬ ਦਾ ਕੀ ਪਾਇਆ ਯਾਰ ਜੁਮਲੇ ਬਾਜੀ ਕਰਨੀ ਤੇ ਫਿਰ ਜਾ ਕੇ ਕਰਦਾ ਕਿ ਖੜੇ ਹੋ ਕੇ ਦਸ ਮੈਂ ਮੈਂ ਬਰਾੜ ਸਾਹਿਬ ਜੀ ਮੈਂ ਇਹ ਕਹਿੰਨਾ ਫਿਰ ਫਾਸਟ ਟਰੈਕ ਕੋਰਟ ਬਣਨੀ ਚਾਹੀਦੀ ਕਿ ਨਹੀਂ ਬਣਨੀ ਚਾਹੀਦੀ ਕਿਉਂ 10 ਸਾਲ ਕੇਸ ਤੁਰਿਆ ਰਵੇ ਨੀ ਫਿਰ ਇਹਨਾਂ ਗ੍ਰਿਫਤਾਰੀਆਂ ਦਾ ਮਤਲਬ ਕੀ ਹੈ ਉਹ ਇਹ ਤੇ ਗ੍ਰਿਫਤਾਰੀਆਂ ਦਾ ਦੱਸਾਂਗੇ ਕੀ ਮਤਲਬ ਆਏ ਟਾਰਗੇਟ ਤੇ ਧੋਡੀ ਪਾਰਟੀ ਦੇ ਬੰਦੇ ਜ਼ਿਆਦਾ ਕਿਉਂ ਨੇ ਫਿਰ ਪਿਛਲੇ ਸਮੇਂ ਦੇ ਵਿੱਚ ਵਿਜੀਲੈਂਸ ਮੈਂ ਪਹਿਲਾਂ ਵੀ ਕਿਹਾ ਕਿ ਜੇ ਕਰਪਸ਼ਨ ਕੀਤੀ ਆ ਜ਼ਰੂਰ ਅੰਦਰ ਦੋ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਕਰਪਟ ਬੰਦਿਆਂ ਦੇ ਨਾਮ ਔਰ ਉਹਨਾਂ ਦੇ ਚਲਾਨ ਇਮੀਡੀਏਟਲੀ ਵੇਸ਼ ਹੋਣੇ ਚਾਹੀਦੇ ਨੇ ਮੈਂ ਇਥੋਂ ਵੀ ਅੱਗੇ ਕਹਿਣਾ ਕਿ ਇਹ ਇੱਕ ਇਹਨਾਂ ਨੂੰ ਪੇ ਜਿਹੜੀਆਂ ਫਾਸਟ ਟਰੈਕ ਕੋਰਟਸ ਬਣਾਉਣੀਆਂ ਚਾਹੀਦੀਆਂ ਚੀਫ ਮਿਨਿਸਟਰ ਨੂੰ ਕਿ ਜੇ ਇਹਦਾ ਹੀ ਓਨੈਸਟੀ ਤੇ ਗੱਲ ਕਰਦਾ ਤੇ ਉਹਦੇ ਤੇ ਫਿਰ ਫਾਸਟ ਟਰੈਕ ਕੋਰਟ ਕਿਉਂ ਨਹੀਂ ਬਣਦੀ ਨਹੀਂ ਤੁਸੀਂ ਕਹਿੰਦੇ ਸਹੀ ਕਾਰਵਾਈ ਹੋਈ ਹੈ ਵਿਜੀਲੈਂਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਾਬਕਾ ਮੰਤਰੀਆਂ ਤੇ ਕਾਂਗਰਸ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਤੇ ਉਹ ਸਹੀ ਹੈ ਮੇਰੀ ਗੱਲ ਸੁਣੋ ਸਹੀ ਫਿਰ ਕੋਰਟ ਚ ਲਾ ਕੇ ਜਾਣ ਕਿਉਂ ਨਹੀਂ ਦੋ ਦੋ ਸਾਲ ਹੋ ਗਏ ਨੇ ਬੜੀ ਇਹਦੀ ਆਸ਼ੂ ਦੀ ਕਿੰਨੇ 100 ਕਰੋੜ ਦੀ ਕੇਸ ਜੜੇ ਨੇ 100 ਤੇ ਚਲਾਨ ਦੇ ਵਿੱਚ 1.5 ਲੱਖ ਪਾਇਆ ਗਿਲਜੀਤ ਸਿੰਘ ਸਾਹਿਬ ਦਾ ਕੀ ਪਾਇਆ ਯਾਰ ਜੁਮਲੇ ਬਾਜੀ ਕਰਨੀ ਤੇ ਫਿਰ ਜਾ ਕੇ ਕਰਦਾ ਕਿ ਖੜੇ ਹੋ ਕੇ ਦੱਸ ਮੈਂ ਮੈਂ ਬਰਾੜ ਸਾਹਿਬ ਜੀ ਮੈਂ ਇਹ ਕਹਿੰਨਾ ਫਿਰ ਫਾਸਟ ਟਰੈਕ ਕੋਡ ਬਣਨੀ ਚਾਹੀਦੀ ਕਿ ਨਹੀਂ ਬਣਨੀ ਚਾਹੀਦੀ ਕਿਉਂ 10 ਸਾਲ ਕੇ ਤੁਰਿਆ ਰਹੇ ਨਹੀਂ ਫਿਰ ਇਹਨਾਂ ਗ੍ਰਿਫਤਾਰੀਆਂ ਦਾ ਮਤਲਬ ਕੀ ਹੈ ਉਹ ਇਹ ਤੇ ਗ੍ਰਿਫਤਾਰੀਆਂ ਦਾ ਦੱਸਾਂਗੇ ਕੀ ਮਤਲਬ ਹੈ